ਅਗਲੀ ਬੇਨਤੀ ਜੋ ਸਿੰਘ ਸਾਹਿਬ ਜੀ ਸੰਗਤਾਂ ਨੂੰ ਸੰਬੋਧਨ ਕਰਨਗੇ ਭਾਈ ਜੀਵਾ ਸਿੰਘ ਜੀ ਆਪ ਨਾਲ ਸਾਂਝੀ ਕਰ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੇਨਤੀ ਕਰੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਨੂੰ ਕਿ ਉਹ ਸੰਗਤਾਂ ਦੇ ਦਰਸ਼ਨ ਕਰਨ। ਤਖ਼ਤ ਸ੍ਰੀ ਪਟਨਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ, ਔਰ ਨਾਲ ਹੀ ਬੇਨਤੀ ਹੈ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਕਿ ਸਮਾਂ ਬੜਾ ਸੰਕੋਚਵਾਂ ਹੈ, ਸੋ ਸੀਮਤ ਸਮੇਂ ਦੇ ਵਿੱਚ ਹੀ ਹਾਜ਼ਰੀ ਲਵਾਈ ਜਾਵੇ ਜੀ। ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ ਜੀ, ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਜੀ। ਬੋਲੇ ਸੋ ਨਿਹਾ ਸਤਿਕਾਰਯੋਗ ਮਾਤਾ ਪਿਆਰ ਕੌਰ ਜੀ, ਅਮਰ ਸ਼ਹੀਦ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਉਹਨਾਂ ਦੇ ਮਾਤਾ ਜੀ, ਉਹ ਵੀ ਸੰਗਤ ਵਿੱਚ ਦਰਸ਼ਨ ਦੇ ਰਹੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਉਹ ਸੰਗਤਾਂ ਨੂੰ ਮੁਖਾਤਬ ਹੋਣਗੇ। ਉਹਨਾਂ ਦਾ ਸਭ ਤੋਂ ਪਹਿਲਾਂ ਸਨਮਾਨ ਕੀਤਾ ਜਾ ਰਿਹਾ ਹੈ। ਦਾਸ ਬੇਨਤੀ ਕਰੇ ਬਾਬਾ ਜੀ ਨੂੰ, ਸਿੰਘ ਸਾਹਿਬ ਜੀ ਨੂੰ, ਕਿ ਉਹ ਸਨਮਾਨ ਕਰਨ ਦੀ। ਆਓ ਬੜੇ ਪ੍ਰੇਮ ਦੇ ਨਾਲ ਸਿੰਘ ਸਾਹਿਬ ਜੀ ਪਾਸੋਂ ਪ੍ਰਵਚਨ ਸ਼੍ਰਵਣ ਕਰੀਏ ਜੀ। ਬੋਲੇ ਸੋ ਨਿਹਾ ਬਾਕੀ ਸੰਗਤਾਂ ਨੂੰ ਬੇਨਤੀ ਹੈ ਭਾਈ ਸਟੇਜ 'ਤੇ ਆਪਾਂ ਜ਼ਿਆਦਾ ਖੜ੍ਹੇ ਨਾ ਹੋਈਏ। ਜੋ ਸਟੇਜ ਤੋਂ ਉੱਤਰ ਰਹੇ ਨੇ ਉਹਨਾਂ ਤਾਂ ਚਲੋ ਜਾਣਾ ਹੀ ਹੈ, ਬਾਕੀ ਆਪਾਂ ਵਾਧੂ ਖੜ੍ਹੇ ਨਾ ਹੋਈਏ, ਸਟੇਜ ਦਾ ਮਾਹੌਲ ਸੋਹਣਾ ਸ਼ਾਂਤ ਰੱਖੀਏ। ਖਿਮਾ ਕਰਨੀ। ਆਓ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਮੁਖਾਤਬ ਹੋ ਰਹੇ ਨੇ, ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁੱਢਾ ਦਲ ਵੱਲੋਂ ਪਰਮ ਸਤਿਕਾਰਯੋਗ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੇ ਬਦਲੇ ਸਨਮਾਨ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਬੁੱਢਾ ਦਲ ਦੇ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ, 96 ਕਰੋੜੀ, ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਪਿਆਰ ਕੌਰ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਜੀ। ਸੰਗਤਾਂ ਜਾਣਦੀਆਂ ਨੇ ਪਿਛਲੇ ਦਿਨੀ ਭਾਈ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਜੀ ਅਕਾਲ ਚਲਾਣਾ ਕਰ ਗਏ ਸਨ, ਬਾਪੂ ਤਰਲੋਕ ਸਿੰਘ ਜੀ, ਮਾਤਾ ਜੀ ਹਾਜ਼ਰੀ ਭਰਨ ਵਾਸਤੇ ਆਏ ਨੇ। ਮਾਤਾ ਪਿਆਰ ਕੌਰ ਜੀ ਦਾ ਸਤਿਕਾਰ ਔਰ ਉਹਨਾਂ ਦੇ ਸਪੁੱਤਰ ਦਾ ਸਤਿਕਾਰ ਕੀਤਾ ਜਾ ਰਿਹਾ, ਭਾਈ ਸਤਵੰਤ ਸਿੰਘ ਜੀ ਦੇ ਭਰਾਤਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ ਨੂੰ ਬੇਨਤੀ ਹੈ, ਸਟੇਜ 'ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਬੈਠਣ ਦੀ ਕਿਰਪਾਲਤਾ ਕਰੋ। ਸਿੰਘ ਸਾਹਿਬ ਜੀ ਨੂੰ ਬੇਨਤੀ ਹੈ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਸੰਗਤਾਂ ਦੇ ਨਾਲ ਬਚਨ ਸਾਂਝੇ ਕਰ ਰਹੇ ਨੇ, ਪ੍ਰੇਮ ਸਤਿਕਾਰ ਸਾਹਿਤ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਵਾਈਮਾਨ ਗੁਰੂ ਸਵਾਰੀ ਸੰਗਤ ਜੀ, ਆਓ ਸਾਰੇ ਰਸਨਾ ਨੂੰ ਕਰੋ ਪਵਿੱਤਰ। ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਗੁਰ ਫਤਿਹ ਦੀ ਸਾਂਝ ਪਾਓ, ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ, ਜੋ 1984 ਦੇ ਅੰਦਰ ਉਸ ਮੌਕੇ ਦੀ ਸੈਂਟਰ ਸਰਕਾਰ, ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਸ ਨੇ ਸਿੱਖ ਕੌਮ ਦੇ ਮਹਾਨ ਉਹ ਕੇਂਦਰੀ ਸਥਾਨ ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਉਸ ਪਾਵਨ ਪਵਿੱਤਰ ਸਥਾਨ ਅਤੇ ਭਗਤੀ ਅਤੇ ਸ਼ਕਤੀ ਦਾ
ਮਹਾਨ ਉਹ ਕੇਂਦਰੀ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ, ਉਸ ਨੂੰ ਢਹਿ ਢੇਰੀ ਕਰਨ ਵਾਸਤੇ ਟੈਂਕਾਂ ਤੋਪਾਂ ਦੇ ਨਾਲ ਉਸ ਸਮੇਂ ਹਮਲਾ ਕੀਤਾ। ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਮਹਾਨ ਸ਼ਹੀਦਾਂ ਦੀ ਯਾਦ 'ਚ ਰੱਖਿਆ ਗਿਆ ਹੈ, ਜਿੱਥੇ ਇਸ ਸਮੇਂ ਬੜੀਆਂ ਸਤਿਕਾਰਤ ਹਸਤੀਆਂ ਸੰਗਤ ਵਿੱਚ ਸੁਸ਼ੋਭਿਤ ਹਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠੇ ਹਨ। ਮੇਰੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹ ਵੀ ਆਪ ਸੰਗਤਾਂ ਦੇ ਸਨਮੁੱਖ ਹੋ ਕੇ ਚਰਾਂ ਦੀ ਸਾਂਝ ਪਾ ਕੇ ਗਏ ਹਨ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਤਿਕਾਰਯੋਗ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਿੰਘ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ, ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਮੇਰੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹ ਵੀ ਸੰਗਤ ਵਿੱਚ ਸੁਸ਼ੋਭਿਤ ਹਨ। ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਐਗਜ਼ੀਕਿਊਟਿਵ ਮੈਂਬਰ, ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਿਕਾਰਯੋਗ ਸਰਦਾਰ ਰਾਮ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਸਾਰੇ ਸਾਡੇ ਮੈਂਬਰ ਸਾਹਿਬਾਨ ਸਾਰੇ, ਬਹੁਤ ਸਾਰੇ ਮਹਾਂਪੁਰਖ ਦਲ ਪੰਥ ਦੇ ਸਾਰੇ ਨਾਮ ਮੈਂ ਲੈਣ ਲੱਗਾਂਗਾ, ਵੱਡੀ ਲਿਸਟ ਚਲੀ ਜਾਏਗੀ। ਗੁਰੂ ਪਿਆਰਿਓ, ਉਹ ਮਹਾਨ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਸਾਹਿਬ ਭਾਈ ਠਾਰਾ ਸਿੰਘ ਜੀ, ਜਨਰਲ ਸਵੇਗ ਸਿੰਘ ਨਾਲ ਦੇ ਸਾਰੇ ਉਹਨਾਂ ਦੀ ਅਗਵਾਈ 'ਚ ਸਾਥੀਆਂ ਨੇ, ਗੁਰੂ ਕੇ ਉਹਨਾਂ ਬਚਨਾਂ ਅਨੁਸਾਰ ਜਦੋਂ ਜ਼ਾਲਮ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਵੀ ਗੋਲੀਆਂ ਚਲਾਈਆਂ, ਹਰਿਮੰਦਰ ਸਾਹਿਬ 'ਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ, ਹਰਿਮੰਦਰ ਸਾਹਿਬ ਦੇ ਅੰਦਰ ਸ਼ਹੀਦੀ ਗੁਰਪੁਰਬ 'ਤੇ ਆਏ ਬੱਚੇ ਬੱਚੀਆਂ ਦੇ ਉੱਤੇ ਹਮਲੇ ਕੀਤੇ, ਪਰ ਗੁਰੂ ਦਾ ਹੁਕਮ ਹੈ ਗੁਰੂ ਕੇ ਸਿੱਖ ਲਈ, ਜੇਕਰ ਯੁੱਧ ਆਨਕਿਤ ਪਰੈ ਅਲਪ ਕੇ ਬਹੁਤੇ ਨਹੀਂ ਵਿਚਰੈ। ਗੁਰੂ ਕੇ ਸਿੰਘ ਲਈ ਹੁਕਮ ਹੈ, ਕਦੇ ਕੋਈ ਜੰਗ ਦਾ ਸਮਾਂ ਧਰਮ ਲਈ ਆ ਬਣੇ, ਉਦੋਂ ਗੁਰੂ ਕੇ ਸਿੰਘ ਨੇ ਇਹ ਨਹੀਂ ਦੇਖਣਾ ਵੀ ਦੁਸ਼ਮਣ ਬਹੁਤੇ ਨੇ ਅੱਗੇ ਜਾਂ ਦੁਸ਼ਮਣ ਥੋੜ੍ਹੇ ਹਨ। ਇਹ ਸੱਚ ਹੈ। ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਗਿਣਤੀ ਵਿੱਚ ਭਾਵੇਂ ਸਿੰਘ ਬਹੁਤ ਥੋੜ੍ਹੇ ਸਨ, ਦੁਸ਼ਮਣ ਜਿਹੜੇ ਟੈਂਕਾਂ ਅਤੇ ਤੋਪਾਂ ਦੇ ਨਾਲ ਉਸ ਮੌਕੇ ਦੀ ਸਰਕਾਰ ਫੌਜ ਚੜ੍ਹ ਕੇ ਆਈ ਸੀ, ਉਹ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਪਰ ਉਹ ਗੁਰੂ ਕੇ ਵਚਨਾਂ ਅਨੁਸਾਰ ਜੇਕਰ ਯੁੱਧ ਆਨਕਿਤ ਪਰੈ ਅਲਪ ਕੇ ਬਹੁਤੇ ਨਹਿ ਵਿਚਰੈ, ਪੀਠ ਨਾ ਦੇ ਸਨਮੁੱਖ ਹੋਏ ਲੜੈ, ਉਹਨਾਂ ਗੁਰੂ ਕੇ ਯੋਧਿਆਂ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਚੜ੍ਹ ਕੇ ਆਇਆਂ ਦੇ ਛੱਕੇ ਛੁਡਾ ਦਿੱਤੇ, ਦੁਸ਼ਮਣਾਂ ਨੂੰ ਸਦਾ ਦੀ ਨੀਂਦ ਸਮਾਇਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ ਕਾਇਮ ਰੱਖਣ ਲਈ ਉਹਨਾਂ ਗੁਰੂ ਕੇ ਲਾਲਾ ਨੇ, ਕਿਉਂਕਿ ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗਾ ਤੇ ਜੋਨੀ ਫਿਰਨਾ, ਹਜ਼ੂਰ ਦੇ ਬਚਨ ਨੇ ਰਣ ਰਾਤੋਂ ਭਾਗਾ ਨਹੀਂ ਸੋਰੋ ਥਾਰੋ ਨਾਓ, ਐਸੇ ਉਹਨਾਂ ਮਹਾਨ ਸੂਰਮਿਆਂ ਨੇ ਐਸੀ ਸ਼ਹਾਦਤ ਦਾ ਜਾਮ ਦਿੱਤਾ, ਜਿੱਥੇ ਉਹਨਾਂ ਸ਼ਹੀਦਾਂ ਨੂੰ ਅਸੀਂ ਅੱਜ ਇੱਥੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਮੇਰੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੱਲੋਂ ਇਹ ਉਹਨਾਂ ਦੀ ਯਾਦ 'ਚ ਸਮਾਗਮ ਜਿੱਥੇ ਕੀਤਾ ਜਾ ਰਿਹਾ ਹੈ, ਉੱਥੇ ਬਹੁਤ ਵੱਡਾ ਉਪਰਾਲਾ ਇਹਨਾਂ ਮਹਾਂਪੁਰਖਾਂ ਵੱਲੋਂ ਕੀਤਾ ਗਿਆ।
ਜੋ ਉਹਨਾਂ ਅਮਰ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਯਾਦਗਾਰ ਹੁਣੀ ਪ੍ਰਧਾਨ ਸਾਹਿਬ ਦਾ ਸਨਮਾਨ ਕੀਤਾ ਗਿਆ। ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਹੇਦਰ ਅਵਤਾਰ ਸਿੰਘ ਜੀ ਦੇ ਸਹਿਯੋਗ ਦਾ ਸਦਕਾ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੱਲੋਂ ਉਸ ਭਾਰਤ ਸਾਡੇ ਪੰਜਾਬ ਸਰਕਾਰ ਨੇ ਵੀ ਇਸ ਵਿੱਚ ਸਾਥ ਦਿੱਤਾ ਤਾਂ ਕਿ ਉਹ ਸ਼ਹੀਦਾਂ ਦੀ ਯਾਦਗਾਰ ਸੰਤ ਬਾਬਾ ਹਰਨਾਮ ਸਿੰਘ ਜੀ ਉਹ ਐਸੀ ਅਲੀਸ਼ਾਨ ਸੁੰਦਰ ਯਾਦਗਾਰ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਮੁਬਾਰਕ ਚਰਨਾਂ ਦੇ ਅੰਦਰ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਭਾਵਿਤ ਕੀਤੀਆਂ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਾ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰੈ ਹਮਾਰੇ ਦਾ ਦੁਆਰ। ਜਿੱਥੇ ਗੁਰੂ ਚਰਨਾਂ 'ਚ ਸ਼ਹੀਦੀਆਂ ਗੁਰੂ ਅਸਥਾਨਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਉਹਨਾਂ ਨੇ ਕੀਤੀਆਂ, ਉੱਥੇ ਸ਼ਦੀਵੀ ਯਾਦਗਾਰ ਵੀ ਗੁਰੂ ਰਾਮਦਾਸ ਦੇ ਦਰਬਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਕੋਲ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਰਨ 'ਚ ਉਹਨਾਂ ਅਮਰ ਸ਼ਹੀਦਾਂ ਦੀ ਯਾਦਗਾਰ ਇਹ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੱਲੋਂ ਜੋ ਬਣਾਈ ਗਈ ਇਕੱਲੀ ਸ਼ਹੀਦੀ ਯਾਦਗਾਰ ਹੀ ਨਹੀਂ, ਨਾਲ ਉਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਵੀ ਪਾਵਨ ਅਸਥਾਨ ਉਸ ਨਾਲੋਂ ਵੀ ਸੋਨਾ, ਉੱਤੇ ਸੋਨੇ ਦਾ ਗੁੰਮਦ ਅੱਜ ਲਗਾਇਆ ਜਾ ਰਿਹਾ ਹੈ। ਵੱਡੀਆਂ ਸਭਾਵਾਂ ਵੀ ਸਤਿਗੁਰੂ ਨੇ ਇਹਨਾਂ ਮਹਾਂਪੁਰਖਾਂ ਤੋਂ ਲਈਆਂ ਹਨ। ਮੇਰੇ ਨਾਲੋਂ ਬਹੁਤ ਸਿਆਣੇ ਸਾਰੇ ਸਿੰਘ ਸਾਹਿਬਾਨ, ਸਾਰੇ ਮਹਾਂਪੁਰਖ ਵਿਦਵਾਨ, ਸਾਰੀਆਂ ਧਾਰਮਿਕ ਜਥੇਬੰਦੀਆਂ, ਸਾਡੇ ਮੈਂਬਰ ਸਾਹਿਬਾਨ, ਸਾਰੇ ਵਕਤੇ ਬੈਠੇ ਆ ਜਿਨ੍ਹਾਂ ਨੇ ਬੋਲਣਾ ਹੈ, ਮੈਂ ਸਮਾਂ ਬਹੁਤਾ ਨਾ ਲਵਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਧੰਨਵਾਦ ਸਾਰੇ ਆਏ ਹੋਏ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸੰਤ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਹਨਾਂ ਦਾ ਗੁਰੂ ਸਵਾਰੀ ਸੰਗਤ ਜੀ ਸਨੇਮਰ, ਸਾਰੀ ਸੰਗਤ ਨੂੰ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ, ਸ਼੍ਰੀ ਅਨੰਦਪੁਰ ਸਾਹਿਬ ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਨੇ 1665 19 ਜੂਨ ਨੂੰ ਵਸਾਇਆ ਸੀ। ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਸਮੁੱਚੇ ਖਾਲਸਾ ਪੰਥ ਨੂੰ ਅਨੰਦਪੁਰ ਸਾਹਿਬ ਦਾ ਵਾਸੀ ਬਣਾਇਆ। ਅੱਜ ਤੁਸੀਂ ਸਾਰੇ ਗੁਰੂ ਦਾ ਖਾਲਸਾ ਬੈਠੇ ਹੋ, ਜਿਹਨੂੰ ਗੁਰੂ ਨੇ ਕਿਹਾ ਸੀ ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਫੌਜ। 17, 18, 19 ਜੂਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੋਂ ਦਾ ਖਾਲਸਾ ਵਾਸੀ ਆ, ਜਿੱਥੇ ਖਾਲਸੇ ਦੀ ਸਾਜਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹਜ਼ੂਰ ਨੇ ਕੀਤੀ, ਜਿੱਥੇ ਖਾਲਸੇ ਪਾਤਸ਼ਾਹ ਨੇ ਕਲੰਗੀਆਂ ਵਾਲੇ ਨੇ ਖਾਲਸੇ ਨੂੰ ਨਵਾਜਿਆ ਤੇ ਨਾਲ ਕਿਹਾ ਪੰਥ ਬਸੇ ਮੈਂ ਉਜੜਾਂ, ਮਨ ਚੌਕ ਹਨੇਰਾ, ਸਾਨੂੰ ਅਨੰਦਪੁਰ ਸਾਹਿਬ ਦੇ ਸਦੀਵੀ ਵਾਸੀ ਬਣਾਇਆ। ਸਾਰਿਆਂ ਨੂੰ ਹੱਥ ਬੰਨ ਬੇਨਤੀ ਆ, ਜਿੰਨੇ ਦੇਸਾਂ ਵਿਦੇਸਾਂ ਤੋਂ ਆਏ ਹੋ ਇਕੱਲੇ ਹੀ ਨਹੀਂ ਆਉਣਾ, 17, 18, 19 ਜੂਨ ਨੂੰ ਤੁਸੀਂ ਸੈਂਕੜੇ ਪ੍ਰਾਣੀਆਂ ਨੂੰ ਨਾਲ ਸਿੰਘਾਂ ਨੂੰ ਹੋਲ ਲੈ ਕੇ ਭੀੜਾਂ ਘੱਤ ਕੇ ਅਨੰਦਪੁਰ ਸਾਹਿਬ ਪਹੁੰਚਣਾ। ਇਹ ਦਾਸ ਦੀ ਸਨਿਮਰ ਬੇਨਤੀ ਆ ਸਾਰਿਆਂ ਨੂੰ। ਮੈਂ ਦੁਬਾਰਾ ਫੇਰ ਸਾਰੇ ਮਹਾਂਪੁਰਖਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ, ਇੰਨੀ ਕੁ ਹਾਜ਼ਰੀ ਦਾਸਰੀ ਦੀ ਪ੍ਰਵਾਨ ਕਰੋ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਕੀ ਪਾਵਨ ਹਜ਼ੂਰੀ ਵਿੱਚ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਨੇ ਸ੍ਰੀ ਪਵਨ ਕੁਮਾਰ ਟੀਨੂ, MLA, ਪਾਰਲੀਮਾਨੀ ਸਕੱਤਰ ਆਦਮਪੁਰ, ਭਾਈ ਗੁਰਵਿੰਦਰ ਸਿੰਘ ਜੀ ਕਿਸ਼ਨਪੁਰਾ, ਗਿਆਨ ਚੰਦ ਜੀ ਪ੍ਰਧਾਨ ਸਮਾਜ ਬਚਾਓ ਮੋਰਚਾ, ਜਿਨ੍ਹਾਂ ਨੇ ਬਹੁਤ ਵੱਡਾ ਸਾਥ ਇੱਕ ਸਦਭਾਵਨਾ ਨੂੰ ਕਾਇਮ ਰੱਖਣ ਵਾਸਤੇ ਦਮਦਮੀ ਟਕਸਾਲ ਦਾ ਅਤੇ ਪੰਥ ਦਾ ਦਿੱਤਾ। ਜੀ ਆਇਆਂ ਨੂੰ ਆਖਦੇ ਹਾਂ ਮਹੰਤ ਪਰਸ਼ੋਤਮ ਲਾਲ ਜੀ ਚੱਕ ਹਕੀਮ ਫਗਵਾੜੇ ਵਾਲੇ, ਮਹਾਂਪੁਰਖ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਉਦਾਸੀ ਸੰਪਰਦਾ ਵੱਲੋਂ ਉਚੇਚੇ ਤੌਰ 'ਤੇ ਪਹੁੰਚੇ ਜੀ ਆਇਆਂ ਨੂੰ, ਸਤਪਾਲ ਸਿੰਘ ਜੀ ਜੌਹਰ, ਲਖਮੀਰ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ, ਹੋਰ ਮਹਾਂਪੁਰਖ ਹਾਜ਼ਰੀਆਂ ਭਰ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਜੀ ਸਿਆਲਕਾ, ਸਤਵਿੰਦਰ ਸਿੰਘ ਜੀ ਟੌੜਾ, ਹੋਰ ਅਨੇਕਾਂ ਮੈਂਬਰ ਹਾਜ਼ਰੀਆਂ ਭਰ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ। ਸਾਧ ਸੰਗਤ ਜੀ, ਬੇਨਤੀ ਹੈ, ਇਹ ਬੇਨਤੀ ਸਾਨੂੰ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਕਰਨੀ ਪੈ ਰਹੀ ਹੈ। ਪਿੰਡ ਨਿੱਕੇ ਬੋਝੇ ਤੋਂ ਇੱਕ ਭਾਈ ਬਿੰਦਰ ਸਿੰਘ ਦਾ ਛੋਟਾ ਬੱਚਾ ਸਟੇਜ ਦੇ ਨੇੜੇ ਹੈ ਜੋ ਮਾਪਿਆਂ ਤੋਂ ਵਿਛੜਿਆ, ਇੱਕ ਗਿੱਦੜਬਾਹਾ ਤੋਂ ਲੜਕੀ ਹੈ। ਬੇਨਤੀ ਹੈ ਕਿ ਇਹ ਬੇਨਤੀਆਂ ਕਰਨ ਦੀ ਸਾਨੂੰ ਜ਼ਰੂਰਤ ਨਾ ਪਵੇ, ਪਹਿਲੀ ਵਾਰ ਅਤੇ ਆਖਰੀ ਵਾਰ ਇਹ ਬੇਨਤੀ ਕਰ ਰਹੇ ਹਾਂ।
ਸੋ ਜਿਨ੍ਹਾਂ ਦੇ ਬੱਚੇ ਨੇ ਉਹ ਆ ਕੇ ਸਟੇਜ ਪਾਸੋਂ ਲੈ ਜਾਣ, ਆਪਣੇ ਬੱਚਿਆਂ ਦਾ ਅਤੇ ਆਪਣੇ ਸਮਾਨ ਦਾ ਖੁਦ ਖਿਆਲ ਰੱਖੋ, ਇਹ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਉਹਨਾਂ ਦਾ ਸਨਮਾਨ ਮਹਾਂਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਔਰ ਨਾਲ ਹੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਸਰੂਪਾਂ ਨਾਲ ਸਨਮਾਨਿਤ ਕਰ ਰਹੇ ਨੇ। ਬੋਲੇ ਸੋ ਨਿਹਾਲ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਸੰਗਤਾਂ ਨੂੰ ਸੰਬੋਧਨ ਹੋਣਗੇ, ਉਹਨਾਂ ਤੋਂ ਉਪਰੰਤ ਦਮਦਮੀ ਟਕਸਾਲ ਵੱਲੋਂ ਦੋ ਜ਼ਰੂਰੀ ਮਤੇ ਸੰਗਤਾਂ ਦੇ ਵਿੱਚ ਪੇਸ਼ ਕੀਤੇ ਜਾਣੇ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਅਡੋਲਤਾ ਦੇ ਨਾਲ ਬੈਠਣ ਦੀ ਕਿਰਪਾਲਤਾ ਕਰਨੀ ਹੈ, ਔਰ ਉਹ ਮਤੇ ਭਾਈ ਅਜੈਬ ਸਿੰਘ ਜੀ ਅਭਿਆਸੀ ਸੰਗਤਾਂ ਨੂੰ ਪੜ੍ਹ ਕੇ ਸ਼ਰਵਣ ਕਰਾਉਣਗੇ। ਸੰਗਤਾਂ ਨੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਹੈ। ਕੌਮ ਦੇ ਹਿੱਤ ਵਿੱਚ ਉਹ ਮਤੇ ਸਿੰਘ ਸਾਹਿਬ ਜੀ ਤੋਂ ਬਾਅਦ ਪੇਸ਼ ਕੀਤੇ ਜਾਣਗੇ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਪਾਸੋਂ ਆਪਾਂ ਗੁਰਮਤ ਵਿਚਾਰਾਂ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ